ਜੀ, ਇੱਕ ਨਾ ਇੰਸੀਡੈਂਟ ਰਿਪੋਰਟ ਹੋ ਰਹੀ ਸੀ ਕਿ ਹਾਈਵੇ ਦੇ ਉੱਤੇ ਜਾ ਰਹੀਆਂ ਗੱਡੀਆਂ ਨੂੰ ਇੱਕ ਇਨੋਵਾ ਗੱਡੀ ਰੋਕ ਕੇ ਅਤੇ ਉਹਨਾਂ ਨੂੰ ਲੁੱਟ ਰਹੀ ਸੀ ਜਿਹੜੇ ਉਹਦੇ 'ਚ ਲੋਕ ਜਾ ਰਹੇ ਸੀ। ਇਸ ਤਰ੍ਹਾਂ ਦੀ ਕੇਸ ਰਿਪੋਰਟ ਆਉਣ ਤੋਂ ਬਾਅਦ ਪੁਲਿਸ ਐਕਸ਼ਨ 'ਚ ਆਈ ਅਤੇ ਇਹ ਹਾਈਵੇ ਰੋਬਰਸ ਦਾ ਗੈਂਗ ਅਸੀਂ ਪਕੜ ਲਿਆ। ਤਿੰਨ ਮੁੰਡੇ ਅਰੈਸਟ ਕੀਤੇ ਆ ਅਤੇ ਉਹਨਾਂ ਨੇ ਤਿੰਨ ਵਾਰਦਾਤਾਂ ਹੁਣ ਤੱਕ ਮੰਨੀਆਂ ਨਹੀਂ, ਇਨਵੈਸਟੀਗੇਸ਼ਨ ਚੱਲ ਰਹੀ ਹੈ। ਸਰ ਕਿੱਥੇ ਦੇ ਰਹਿਣ ਵਾਲੇ ਆ? ਇਹ ਤਿੰਨੋਂ ਜਲੰਧਰ ਦੇ ਨੇ ਜੀ, ਇੱਕ ਭੂਰ ਮੰਡੀ ਦਾ ਹੈ, ਇੱਕ ਨਗਰ ਸ਼ਾਮਾ ਦਾ ਹੈ ਅਤੇ ਤੀਸਰਾ ਕੈਂਟ ਦਾ ਹੈ ਜੀ। ਜਲੰਧਰ ਦਾ ਇਹੀ ਹਾਲੇ ਤੱਕ ਟ੍ਰੇਸ ਹੋਈਆਂ ਤੋਂ ਬਾਅਦ ਇਨਵੈਸਟੀਗੇਸ਼ਨ ਚੱਲ ਰਹੀ ਹੈ। ਇਹ ਦੱਸਦੇ ਸੀਗੇ ਜੀ ਗੱਡੀ ਨੂੰ ਰੋਕ ਕੇ, ਉਹਨੂੰ ਕਹਿੰਦੇ ਤੂੰ ਸਾਡੇ ਨਾਲ ਗੱਡੀ ਮਾਰ ਕੇ ਆਇਆ ਤੇ ਫਿਰ ਉਹਨਾਂ ਨੂੰ ਲੁੱਟ ਲੈਂਦੇ। ਇਹਨਾਂ ਦੀ ਆਪਣੀ ਹੈ ਜੀ, ਅਜੇ ਜਿਹੜਾ ਲੜਕਾ ਪਕੜਿਆ ਗਿਆ ਉਹਦੀ ਆਪਣੀ ਗੱਡੀ, ਉਹਨੇ 2020 'ਚ ਨੂਰ ਮਹਿਲ ਤੋਂ ਖਰੀਦੀ ਸੀ। ਇਹਨਾਂ ਕੋਲੋਂ ਅਜੇ ਤੱਕ ਤਾਂ ਹਾਲੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ, ਬਰਾਮਦਗੀ ਹੋਏਗੀ। ਨਹੀਂ ਅਜੇ, ਹਾਂਜੀ ਹਾਂ ਅਜੇ ਨਹੀਂ। ਬੈਕਗਰਾਉਂਡ ਕੀ ਹੈ? ਬੈਕਗਰਾਉਂਡ ਐਸ ਸੱਚ ਪਹਿਲੀ ਕੋਈ ਨਹੀਂ ਹੈਗੀ ਜੀ। ਨਹੀਂ ਹਾਲੇ ਤੱਕ ਤਾਂ ਨਹੀਂ ਆਈ, ਚੈੱਕ ਕਰ ਰਹੇ ਹਾਂ ਰਿਕਾਰਡ ਦੇਖਦੇ ਕਿਉਂਕਿ ਟੋਟਲ 10-15 ਦਿਨ ਦੇ ਵਿੱਚ ਹੀ 2-3 ਵਾਰਦਾਤਾਂ ਹੋਈਆਂ ਸੀ, ਜਿਸ ਤੋਂ ਬਾਅਦ ਇਹ ਨੋਟਿਸ ਆਇਆ ਅਤੇ ਇੱਕਦਮ ਐਕਟਿਵ ਹੋਇਆ ਅਸੀਂ ਪਕੜੇ ਗਏ। ਇੱਕ ਲੜਕੇ ਦੀ ਤਾਂ ਆਪਣੀ ਹੈਗੀ ਸੀ ਜੀ, ਇੱਕ ਕਲਾਸ 4 ਹੈਗਾ ਜੀ, ਅਤੇ ਇੱਕ ਦਾ ਹਾਲੇ ਕੋਈ ਵੀ ਕੰਮ ਨਹੀਂ ਕਰਦਾ ਜੀ। ਕਿਹੜੇ ਡਿਪਾਰਟਮੈਂਟ ਦੇ ਕਲਾਸ? ਇਹ PAP ਦੇ ਵਿੱਚ ਹੈਗਾ ਜੀ, ਟੈਂਪਰੇਰੀ ਜਿਹੜੇ ਹੁੰਦੇ ਨਾ ਜੀ ਕੋਈ।